बिल्लो बिल्लो तो ये बिल्लो पूरी परेशान है क्योंकि मेरे तो अलावा एक इंसान होर हैगा जोड़ा सारा दिन बिल्लो नु तंग करता रहिंदा है। भला की कह के आ गया नहीं बिल्लो ही टाइम, बिल्लो आ गया नहीं ही टाइम, बिल्लो आ गया नहीं ही टाइम। बिल्लो कहिंदी भला मैनू दस कि मैं बोली है। मलाउना उस इंसान नु जिन्ने कीता जी ने आराम बिल्लो दा। आ जाओ राइट, आई एम सिटिंग विद अ वेरी टैलेंटेड म्यूजिक डायरेक्टर कम सिंगर दीप जंडू। ਸਤਿ ਸ਼੍ਰੀ ਅਕਾਲ ਭਾਜੀ, ਕਿੱਦਾਂ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਆ ਗਿਆ ਨਹੀਂ ਹੋਈ ਬਿੱਲੋ ਟੈਮ, ਓਏ ਦੈਟਸ ਸੋ ਗੁੱਡ। ਐਂਡ ਵੀਰਾ ਪਹਿਲੀ ਵਾਰ ਪੰਜਾਬ ਦੇ ਵਿੱਚ, ਇੰਡੀਆ 'ਚ ਕਿਸੇ ਟੀਵੀ ਚੈਨਲ 'ਤੇ ਆ ਰਿਹਾ, ਪਹਿਲੀ ਵਾਰ ਇੰਟਰਵਿਊ ਕਰ ਰਹੇ ਹਾਂ, ਦੈਟਸ ਸੋ ਗੁੱਡ। ਐਂਡ ਵੀ ਆਰ ਸੋ ਲੱਕੀ ਕਿ ਟਸ਼ਨ ਦੇ ਪੈਕ ਦੇ ਵਿੱਚ ਆ ਰਹੇ ਹਾਂ। ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ। ਐਂਡ ਵੈਰੀ ਕੰਗਰੈਚੁਲੇਸ਼ਨਸ, ਤੁਹਾਡਾ ਗਾਣਾ ਆ ਰਿਹਾ ਜੀ, ਆ ਗਿਆ ਨਹੀਂ ਹੋਈ ਬਿੱਲੋ ਟੈਮ, ਬੰਬ ਗਾਣਾ ਐਂਡ ਬੰਬ ਵੀਡੀਓ, ਬਹੁਤ ਘੈਂਟ ਪਰਫੋਰਮ ਕੀਤਾ। ਸਾਰੇ ਜਾਣੇ ਤੁਹਾਨੂੰ ਆਲਰੇਡੀ ਬਹੁਤ ਪਿਆਰ ਕਰਦੇ ਪੰਜਾਬ 'ਚ, ਜਿੰਨੇ ਗਾਣੇ ਤੁਸੀਂ ਕੀਤੇ ਆ ਸਾਰੇ ਸੁਪਰ ਡੁਪਰ ਹਿੱਟ, ਉੱਪਰ ਤੋਂ ਲੈ ਕੇ ਥੱਲੇ ਵਾਲੇ ਆਰਟਿਸਟਾਂ ਤੱਕ ਜਿਹਦਾ ਵੀ ਮਿਊਜ਼ਿਕ ਦੇ ਦਿੰਦੇ ਸੁਪਰ ਡੁਪਰ ਹਿੱਟ ਹੋ ਜਾਂਦਾ। ਬਟ ਹਾਓ ਯੂ ਫੀਲਿੰਗ ਹੁਣ ਤੁਹਾਡਾ ਪਹਿਲਾ ਗਾਣਾ, ਮਤਲਬ ਕਿ ਬਹੁਤ ਟਾਈਮ ਬਾਅਦ ਤੁਸੀਂ ਕਮਬੈਕ ਕੀਤਾ ਐਂਡ ਫਸਟ ਸੌਂਗ ਆ ਗਿਆ ਨਹੀਂ ਉਹੀ ਬਿੱਲੋ ਟੈਮ। ਪਹਿਲਾਂ ਮੈਨੂੰ ਦੱਸੋ ਕਿ ਕਿੱਦਾਂ ਦੀ ਫੀਲਿੰਗ? ਵਧੀਆ ਵਧੀਆ ਲੱਗ ਰਿਹਾ। ਗੁੱਡ ਫੀਲ ਕਰ ਰਹੇ? ਅਮੇਜ਼ਿੰਗ ਅਮੇਜ਼ਿੰਗ। ਆ ਗਿਆ ਨਹੀਂ ਉਹੀ ਬਿੱਲੋ ਟੈਮ ਇਹਦੀ ਇਨਵੈਂਸ਼ਨ ਕਿੱਦਾਂ ਹੋਈ? ਇਹਦੀ ਕੋਈ ਥੀਰੀ ਨਹੀਂ ਹੈਗੀ, ਬਸ ਇੱਦਾਂ ਵੀ ਇੱਕ ਮੋਟੀਵੇਸ਼ਨ ਆ ਗਿਆ ਨਹੀਂ ਉਹੀ ਬਿੱਲੋ ਟਾਈਮ, ਇਹਦਾ ਮਤਲਬ ਹੈ ਜਿਹੜਾ ਬੰਦਾ ਮਿਹਨਤ ਕਰਦਾ ਦਿਨ ਰਾਤ ਵੀ ਉਹਦਾ ਟਾਈਮ ਆਉਂਦਾ ਹੀ ਆਉਂਦਾ। ਇਹ ਤੁਸੀਂ ਤੁਸੀਂ ਹੀ ਇਜ਼ ਐਨ ਐਗਜ਼ਾਮਪਲ, ਕਿਉਂਕਿ ਕਈ ਬੰਦੇ ਇਹ ਸੋਚਦੇ ਆ ਕਿ ਵੀਰੇ ਨੂੰ 2 ਸਾਲ 3 ਸਾਲ ਹੋਏ ਆ, ਹਨਾ 2-3 ਸਾਲ 'ਚ ਐਂ ਜੰਡੂ ਦੀ ਚੜ੍ਹਾਈ ਹੋ ਗਈ, ਇਹੀ ਸੋਚਦੇ ਆਪਾਂ ਸਾਰੇ ਜਾਣੇ, ਪਰ ਇਹ ਬਿਲਕੁਲ ਝੂਠ ਆ। 2-3 ਸਾਲ ਨਹੀਂ, ਮੈਨੂੰ ਲੱਗਦਾ ਕਿੰਨਾ ਟਾਈਮ ਹੋ ਗਿਆ ਟੋਟਲ? 12 ਸਾਲ। 12 ਸਾਲ ਹੋ ਗਏ ਨੇ। ਪਹਿਲਾਂ ਵੀਰਾ ਐਜ਼ ਅ ਸਿੰਗਰ ਆਏ ਸੀ, ਹੈ ਨਾ, ਫਿਰ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ, ਬਹੁਤ ਮਿਹਨਤ ਕੀਤੀ, ਫਿਰ ਐਜ਼ ਅ ਮਿਊਜ਼ਿਕ ਡਾਇਰੈਕਟਰ ਆਏ, ਫਿਰ ਆਪਣੇ ਆਪ ਨੂੰ ਸਟੈਬਲਿਸ਼ ਕੀਤਾ, ਅਤੇ ਹੁਣ ਫਾਈਨਲੀ ਇੱਕ ਗਾਣਾ ਲੈ ਕੇ ਐਂਡ ਬੰਬ ਗਾਣਾ, ਸਾਰਿਆਂ ਨੂੰ ਬਹੁਤ ਪਸੰਦ ਹੈ ਨਾ। ਵਿਚ ਇਜ਼ ਯੋਰ ਫੇਵਰੇਟ ਲਾਈਨ ਫਰੋਮ ਯੂਰ ਸੌਂਗ? ਪਹਿਲੀ ਲਾਈਨਾਂ ਦੋ ਮੈਨੂੰ ਬਹੁਤ ਸੁਣਾ ਗਏ। ਹੱਥ ਮਜਬੂਰੀਆਂ ਨੇ ਬੰਨੇ ਅੜੀਏ, ਤੂੰ ਚੱਲੇ ਘਰ ਤੂੰ ਸਾਨੂੰ ਮੰਨੇ ਅੜੀਏ, ਆ ਮੇਰੀ ਦੋ ਫੇਵਰੇਟ ਲਾਈਨਾਂ। ਮੇਰਾ ਜਿਹੜਾ ਗਾਣਾ ਹੋਊਗਾ ਉਹ ਇਸੇ ਲਾਈਨ ਤੇ ਆਉਣਾ, ਇਹ ਸੋਚਿਆ ਸੀ? ਨਹੀਂ ਸੋਚਿਆ ਨਹੀਂ ਸੀਗਾ, ਬਟ ਬਾਬੇ ਨੇ ਆਪੇ ਵੀ ਗਾਣਾ ਲੱਗ ਕੇ ਦਿੱਤਾ। ਹਾਂ, ਪਬਲਿਕ ਨੇ ਇੰਨਾ ਪਿਆਰ ਦਿੱਤਾ, ਉਹ ਲੈ ਨੂੰ ਵੀ ਮੈਨੂੰ ਬਣਾਉਣਾ ਹੀ ਪੈਣਾ ਸੀ ਗਾਣਾ। ਹਾਂ ਹਾਂ। ਸੋ ਕਿੰਨਾ ਕੁ ਮੁਸ਼ਕਿਲਾਂ ਨੂੰ ਫੇਸ ਕਰਨਾ ਪਿਆ ਜਦੋਂ ਇਹ ਲਾਈਨ ਦੇ ਉੱਤੇ ਗਾਣਾ ਲੱਭਣਾ ਪਿਆ, ਕਿਸੇ ਨੂੰ ਫੋਨ ਕਰਨਾ ਪਿਆ ਜਾਂ ਆਪਣੇ ਆਪ ਆਟੋਮੈਟਿਕਲੀ ਗਾਣਾ? ਨਹੀਂ, ਗਾਣਾ ਇਹ ਆਪੇ ਆ ਗਿਆ ਸੀਗਾ, ਸਿੱਧੂ ਮੂਸੇ ਵਾਲੇ ਨੇ ਲਿਖਿਆ ਟੋਰਾਂਟੋ ਤੋਂ, ਤੇ ਬਹੁਤ ਸੋਹਣਾ ਲਿਖਦਾ ਮੁੰਡਾ, ਤੇ ਉਹਨੇ ਲਿਖ ਕੇ ਦਿੱਤਾ ਤੇ ਐਂਡ ਯੂ ਪਰਫਾਰਮ ਰੀਅਲੀ ਵੈਲ। ਤੁਸੀਂ ਵੀਡੀਓ 'ਚ ਬਹੁਤ ਘੈਂਟ ਪਰਫਾਰਮ ਕੀਤਾ ਹੈ, ਉਹ ਸ਼ੇਰ ਐਂਡ ਯੂਅਰ ਪਰਫਾਰਮੈਂਸ, ਯੂਅਰ ਐਨਰਜੀ ਘੈਂਟ ਸੀ ਸਾਰਾ ਕੁਛ। ਤੇ ਤੁਹਾਨੂੰ ਜਦੋਂ ਤੁਸੀਂ ਔਨ ਸੈੱਟ ਸੀ, ਤੁਹਾਨੂੰ ਦੱਸਿਆ ਗਿਆ ਕਿ ਇੱਦਾਂ ਇੱਦਾਂ ਕਰਨਾ ਜਾਂ ਤੁਸੀਂ ਆਪਣੇ ਆਪ? ਨਹੀਂ ਨਹੀਂ, ਆਪਣਾ ਜੋ ਸਟਾਈਲ ਆ ਉਹੀ ਰੱਖਿਆ ਬਸ, ਕੋਈ ਸਟੋਰੀ ਲਾਈਨ ਨਹੀਂ, ਕੁਛ ਅਰਬਨ ਲੁੱਕ ਓਨਲੀ। ਅਰਬਨ ਲੁੱਕ, ਜਿਹੜੇ ਵੀ ਗਾਣੇ ਵੀਰਾ ਬਣਾਉਂਦਾ ਉਸ ਗਾਣੇ ਦੇ ਵਿੱਚ ਪਿੱਛੇ ਕੋਈ ਨਾ ਕੋਈ ਇਫੈਕਟ ਹੁੰਦਾ, ਚਾਹੇ ਚਾਹੇ ਕੁਛ ਵੀ, ਹੈ ਨਾ, ਕਿੰਨਾ ਕੁਛ ਤੁਸੀਂ ਪਾ ਦਿੰਦੇ ਆ, ਤੇ ਹਰ ਗਾਣੇ ਦੇ ਵਿੱਚ ਅਲੱਗ ਕਰਨ ਦੀ ਕੋਸ਼ਿਸ਼ ਕਰਦੇ, ਮੁਸ਼ਕਿਲ ਨਹੀਂ ਲੱਗਦਾ ਕਿਉਂਕਿ ਕਿੰਨੇ ਸਾਰੇ ਗਾਣੇ ਬਣਾਉਣੇ ਹੁੰਦੇ, ਹਰ ਗਾਣੇ 'ਚ ਅਲੱਗ ਕਰਨਾ ਹੁੰਦਾ? ਇਟਸ ਇਟਸ ਹਾਰਡ, ਬਟ ਬਸ ਹੈੱਡਫੋਨ ਲਾ ਕੇ ਜੋ ਮੂੰਹ ਚਾਹੁੰਦਾ ਮੈਂ ਕਹਿ ਦਿੰਦਾ, ਕਹਿ ਦੇਣਾ ਲੋਕਾਂ ਨੂੰ ਪਸੰਦ ਆ ਜਾਂਦਾ ਨਾ। ਦੇ ਸੋ ਗੁੱਡ। ਜਦੋਂ ਮੰਮੀ ਡੈਡੀ ਨੇ, ਜਦੋਂ ਬਹੁਤ ਟਾਈਮ ਬਾਅਦ, ਹੁਣ ਜਦੋਂ ਇੱਕ ਬੱਚਾ ਕੁਛ ਅਚੀਵ ਕਰਦਾ, ਹੈ ਨਾ, ਲਾਈਕ ਯੂਰ ਮੋਮ ਐਂਡ ਡੈਡ, ਤੁਸੀਂ ਬਹੁਤ ਮਿਹਨਤ ਕਰਕੇ ਗਏ, ਜਦੋਂ ਪਹਿਲਾ ਗਾਣਾ ਆਇਆ, ਵਟ ਵਾਜ਼ ਯੂਰ ਰਿਐਕਸ਼ਨ, ਉਹਨਾਂ ਦਾ ਰਿਐਕਸ਼ਨ ਕੀ ਸੀਗਾ? ਹੁਣ ਵਧੀਆ ਰਿਐਕਸ਼ਨ ਆ, ਪੂਰੇ ਕੁਛ ਆ, ਮੇਰਾ ਮੁੰਡਾ ਹੈ ਗਾਉਂਦਾ ਗਾਣੇ ਕੱਢਦਾ, ਆ ਗਿਆ ਵਧੀਆ, ਓਕੇ ਰਿਪੋਰਟ ਹੋਈ ਹੈ। ਪਹਿਲਾਂ ਤਾਂ ਜੋ ਸਟਰਗਲਿੰਗ ਪੀਰੀਅਡ ਸੀ ਬਹੁਤ ਔਖਾ ਸੀਗਾ, ਤੇ ਸਾਰੇ ਜਿਹੜੇ ਟੋਰਾਂਟੋ ਦੇ ਸਿੰਗਰ ਹੈ ਮੇਨ, ਜਿਹੜੇ ਪੁਰਾਣੇ, ਮਤਲਬ ਬਲੀ ਲਸਾਰ ਆ, ਜਿੰਨੇ ਵੀ ਲੈਜੈਂਡਸ ਆ ਸਾਡੇ ਟੋਰਾਂਟੋ ਏਰੀਆ ਦੇ ਸਿੰਗਰ, ਸਾਰਿਆਂ ਨੇ ਪੂਰੀ ਸਪੋਰਟ ਕੀਤੀ ਹੈ, ਪੂਰਾ ਹੈਲਪ ਕੀਤਾ, ਬਟ ਇੰਡੀਆ ਦੇ ਵਿੱਚ ਸੁੱਖੀ ਨੇ ਪੂਰਾ ਹੈਲਪ ਕੀਤੀ ਆਪਣੀ। ਵੀਰੇ ਨੇ ਬਹੁਤ ਸਾਰਾ ਮਿਊਜ਼ਿਕ ਪ੍ਰੋਡਿਊਸ ਕੀਤਾ, ਸਾਰਾ ਮਿਊਜ਼ਿਕ ਪ੍ਰੋਡਿਊਸ ਕੀਤਾ ਕੈਨੇਡਾ 'ਚ। ਕੈਨੇਡਾ 'ਚ ਪਹਿਲੀ ਵਾਰ ਇੰਡੀਆ ਆਏ, ਐਜ਼ ਐਨ ਆਫੀਸ਼ੀਅਲੀ ਪਹਿਲਾ ਟ੍ਰਿਪ ਸੀ ਇਹਨਾਂ ਦਾ, ਜਦੋਂ ਇਹਨਾਂ ਨੇ ਐਜ਼ ਅ ਤੁਸੀਂ ਆ ਕੇ ਇੱਥੇ ਮਿਊਜ਼ਿਕ ਪ੍ਰੋਡਕਸ਼ਨ ਕਰਨੀ ਸੀ, ਹੈ ਨਾ, ਮਤਲਬ ਮਹੀਨੇ ਦੇ ਵਿੱਚ, ਮਹੀਨੇ ਲਈ ਆਏ, ਫਿਰ ਇਹਦੇ ਵਿੱਚ ਆਪਣਾ ਗਾਣਾ ਵੀ ਰਿਲੀਜ਼ ਕੀਤਾ, ਬਹੁਤ ਸਾਰੇ ਗਾਣੇ ਵੀ ਬਣਾਏ, ਹੈ ਨਾ। ਸੋ ਕਿੰਨੇ ਗਾਣੇ ਬਣਾਏ ਇੱਥੇ ਆ ਕੇ ਟੋਟਲ? ਦੱਸਣਾ ਨਹੀਂ, ਪ੍ਰਾਈਵੇਟ, ਇਹ ਨਹੀਂ ਦੱਸਣਾ, ਹੈ ਨਾ। ਅੱਛਾ, ਕਿਹੜੀ ਇੱਕ ਐਸੀ ਗੱਲ ਤੁਹਾਨੂੰ ਬਹੁਤ ਘੈਂਟ ਲੱਗੀ ਕਿ ਜਿਹੜੇ ਪੰਜਾਬੀ ਸਿੰਗਰਾਂ ਦੇ ਵਿੱਚ ਹੁੰਦੀ ਹੈ ਕਿ ਯਾਰ ਇਹ ਗੱਲ ਵਧੀਆ, ਇਟਸ ਗੁੱਡ?
इत वधिया लग्या कि डिफरेंट माहौल है सारे एक दूजे नाल रहिंदे ऑल द सिंगर्स आर टुगेदर उत्थे थोड़ा डिफरेंट है भी इन्ने उत्थे इन्ने सिंगर नहीं है अपने मेन इंडस्ट्री इंडिया दे विच सो वधिया लगदा सारे राइटर इत्थे सिंगर सारे इत्थे सो वधिया माहौल है ओके ऑलराइट मैं कुछ कुछ सवाल पूछूंगा तुहानू उहनां दे तुसीं सच्च जवाब देणे वैसे बाहर वाला बंदा ओवें झूठ बोलदा नहीं है ना ओवररेटेड सिंगर क्योंकि जो गाना इन्होंने हम मेरा बनाया मतलब मैं कहूंगा वधिया गाना गुड अच्छा गाना फेवरेट म्यूजिक डायरेक्टर ओके दैट्स सो गुड और जे थोनू चूज करना पवे कि तुसी किसे नाल कोलैबोरेट करना मैं थोनू ऑप्शन दूंगा तुसी दसना किदे नाल करोगे सुखिंदर सिंह दा डॉक्टर जी सुखी म्यूजिकल डॉक्टर सुखी म्यूजिकल डॉक्टर कोलैबोरेशन दे विच जे थोनू तुसी रेट करना होवे दसां दे विचों सुखिंदर सिंह दा डॉक्टर ज्यूस या इत्थे दा कोई भी इंडिया दा जेहड़ा तुहाडा फेवरेट म्यूजिक डायरेक्टर सुखिंदर सिंह दा आई थिंक इज द बेस्ट ओके जे देसी क्रू देसी रूट जेएसएल सिंह चो चूज करना होवे किन करोगे देसी क्रू दिलजीत दसांझ गिप्पी गरेवाल अमरिंदर गिल तिन्नां च इक ना चूज करके गाना करना होवे किन्ना करोगे अमरिंदर गिल ओके जे मूवी करन दा मौका दित्ता जावे ते केड़े मैनू हां नहीं यार मैं केड़े वाली मूवी इन ऑर्डर टू यार क्यों अद्दा यार सच शक्ल नहीं हैगी सेहत नहीं हैगी मूवी वाली अच्छा कई लोग इदा दे जिन्होंने कहा जाता कि यार तू बहुत मोटा टू टीवी पर आना तू पतला हो बट थोड़ू देख के ए कहा जाता कि यार तुम पतले ना हो वधिया लगते थोड़ा किसी ने कॉम्प्लीमेंट दिता किन्ने दिता सी यार दोस्त कहते हैं वधिया लगता पतला पुतला ना सीरियसली यार दोस्त या यार दोस्त नहीं अमी कल्ले यार दोस्त विच इज द बेस्ट कॉम्प्लीमेंट यू हैव एवर गॉट You can look good on camera when you perform. You have confidence, you know. हाँ मतलब seriously कह रहे ते biggest fan जेड़ा थोनो आज तक मिला होगा कि यार आप बंदा serious ही कल ये तो स्टूडियो दी मोरे दो दिन मोरे खड़े सी कहंदे सी यार सवेर दे खड़े हां बिगेस्ट जनरल क्रेजी 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 यार सवेर दे कहंदे सी 12 बजे बैठे रात नु 12 बजे मिले उनु हां सारा दिन उत्थे खड़े रहे मैं हैरान हो गया यार शिट मैं जिद्दा थोड़े लिए तुसी दस्या ना जिद्दा थोड़े लिए ओ वेट करदे रहे एदा तुसी कदी किसे सिंगर लिए किसे लिए वेट कीती सी किसे आर्टिस्ट लिए मैं जैजी बाजी दा वेट कीता सी टोरंटो च व्हेन आई वाज 13 इयर्स ओल्ड फिलहाल जो कुछ शर्मा यार मैं सोचा कि बाहर वाले बंदे वो मतलब तुसी दिलों कर दे यार तुसी इदा कर दे चलो नो प्रॉब्लम नेक्स्ट इज मेरे को एक बॉक्स आ उन के बॉक्स दा शौक उस बॉक्स दे विच जो निकलया वो तुसी करके दिखाना ठीक है ए आ खुल गया पर्ची पहले मैं पढ़ के दादा तुहानू की लिखया अच्छा तुहानू पंजाबी सम पढ़ लेने इंग्लिश इंग्लिश वाली पंजाबी की लिखया कुक्कड़ खा के कुक्कड़ आप नहीं बनाया किसी होर दा बीजे रंधावा स्टार अच्छा गाना करने का फायदा जरूर हो जाता है ना सुखी सुखी जैगवार 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 अमेजिंग सॉन्ग है ना अच्छा आ गया नहीं वही बिल्कुल टाइम था जरा पंच लाइन ना वो सुना दो मुझे बहुत घंट लगती कड़ी होनी तेरी टाइम मेरा होगा एक दिन देखी ऐसा आना सोनिए कड़ी होनी तेरी टाइम मेरा होगा दिस सो गुड योर बैड हैबिट वन वन बैड हैबिट एक बैड हैबिट यस कोई
I respect everybody. I do it from the heart, whatever I do. हाँ ये करते हैं बिल्कुल ठीक है। हाँ तुझे सारे दी इज्जत करते हैं, respect करते हैं। Favorite heroine? Favorite heroine Priyanka Chopra. Molly इधर Bollywood? Bollywood? Bollywood. Bollywood. Punjabi. Punjabi च हाँ। I think Simi Chawla is good. Okay. केरी एक ऐसी आदत था जेडी थोड़ू पंजाबी सिंगर थी चंगी नहीं लगती यार ये क्यों इधर कर दिया? I think we सारे ने एक दूजे ना काम करना चाहिए था। ग्रुपिज्म इतने ग्रुप ज्यादा बने हुए हैं। I think जो मैं देखा है अफ्ता कहाँ भी वो होना नहीं चाहिए था भी सारे ना तक। झूठ बोले थे? No। कभी आज तक बोले? I don't think so। Yes, बोले दसूंगा नहीं। झूठ बोल के कभी किसी का फायदा किया? नहीं। झूठ बोल के कभी अपना फायदा किया? ना। चोरी की थी कभी? ना। किसे लिए की थी? किसे लिए की थी? नहीं अपने लिए। किसे लिए की थी? हाँ किसे लिए? तू ही रुके थोड़ा जा। किसे लिए की थी? है ना चंडीगढ़ जो कुड़ी इदा करती तो ओदा की रीजन हुंदा रियलिटी च जिदा थोड़े जिदा कुड़ियां थोड़े थोड़े नाटक ड्रामे करदी हुंदी ना तो की गेस्टर दसूंगा तुसीं दसना कि जे कुड़ी थोनू कवे ਜਿੱਦਾਂ ਆਪਾਂ ਸੋਚਦੇ ਹਾਂ ਇੱਕ ਗਰਲਫ੍ਰੈਂਡ ਤੇ ਇੱਕ ਬੋਏਫ੍ਰੈਂਡ ਠੀਕ ਹੈ ਗਰਲਫ੍ਰੈਂਡ ਬੋਏਫ੍ਰੈਂਡ ਨੂੰ ਜਾਣ ਕੇ ਕਹਿ ਰਹੀ ਕਿ ਮੇਰਾ ਸਿਰ ਬਹੁਤ ਦੁੱਖ ਰਿਹਾ ਤੇ ਉਹਦਾ ਕੀ ਮਤਲਬ ਹੈ ਕਿ ਯਾਰ ਮੇਰਾ ਸਿਰ ਬਹੁਤ ਦੁੱਖ ਰਿਹਾ ਸ਼ੀ ਵਾਂਟਸ ਟੂ ਰਿਲੈਕਸ ਸ਼ੀ ਵਾਂਟਸ ਟੂ ਗੋ ਟੂ ਸ਼ਾਪਿੰਗ অর ਸਮਥਿੰਗ ਐਲਸ ਕੁਝ ਨਹੀਂ ਬਸ ਚਲ ਰਿਲੈਕਸ ਕਰ ਲੈ ਕਿਉਂ ਜੇ ਉਹ ਫੋਨ ਕਰਕੇ ਕਹੇ ਕਿ ਯਾਰ ਤੂੰ ਮੈਨੂੰ ਤੰਗ ਨਾ ਕਰ ਪਲੀਜ਼ ਮੈਂ ਤੇਰੇ ਤੋਂ ਤੰਗ ਆ ਗਈ ਹਾਂ ਕੀ ਕਹਿੰਦਾ ਮਤਲਬ ਹੋਗਾ ਗੁੱਸੇ ਸ਼ੀ ਇਜ਼ ਮੈਡ ਅਪਸੈਟ ਸ਼ੀ ਇਜ਼ ਮੈਡ ਯਾ ਹਾਏ ਤੁਸੀਂ ਬਹੁਤ ਸਾਰੇ ਸਿੰਗਰਸ ਦੀ ਡਬਿੰਗ ਕਰ ਲਈ ਸਭ ਤੋਂ ਜ਼ਿਆਦਾ ਟਾਈਮ ਕਿਸ ਤੇ ਲੱਗਿਆ ਮੇਰੇ ਆਪਦੇ ਤੇ ਝੂਠ ਬਿਲਕੁਲ ਮੈਂ ਦੇਖਿਆ ਜੀ ਨਹੀਂ ਨਹੀਂ ਮੇਰੇ ਆਪਦੇ ਤੇ ਸੱਚੀ ਟਾਈਮ ਲੱਗਿਆ ਕਿਉਂਕਿ ਮੈਂ ਐਕਚੁਅਲੀ ਕੰਫੀਡੈਂਸ ਸੀਗਾ ਆਪਦੇ ਗਾਣੇ ਤੇ ਵੀ ਕੀ ਕਰਨਾ ਕੀ ਲੱਗਿਆ ਤਾਂ ਸੋਚ ਹੀ ਗਿਆ ਉਹ ਟਾਈਮ ਬਹੁਤ ਲੱਗਿਆ ਰਾਫ ਗਾਣੇ ਵਾਟ ਨੈਕਸਟ ਹੁਣ ਅੱਗੇ ਕੀ ਹੈ ਐਲਬਮ ਸੌਂਗ ਆਈ ਥਿੰਕ ਸਿੰਗਲਸ ਹੀ ਕੱਢੂਗਾ ਫਿਲਹਾਲ ਤੇ ਨੈਕਸਟ ਸਿੰਗਲ ਰੈਡੀ ਨਹੀਂ ਕਰਨਾ ਜੀ ਹਾਂਜੀ ਰੈਡੀ ਕਰਨਾ ਸਪੋਜ਼ ਇੱਕ ਟੂਰ ਆਰਗੇਨਾਈਜ਼ ਕੀਤਾ ਗਿਆ ਤੁਸੀਂ ਪੰਜਾਬ ਦੇ ਵਿੱਚ ਕੁਝ ਸਿੰਗਰਸ ਆਪਣੇ ਨਾਲ ਉੱਥੇ ਲੈ ਕੇ ਜਾਣੇ ਆ ਟੂਰ ਦੇ ਉੱਤੇ ਸਪੋਜ਼ USA ਕੈਨੇਡਾ ਹਨਾ ਕਿਹੜੇ ਪੰਜ ਸਿੰਗਰਸ ਨੂੰ ਲੈ ਕੇ ਜਾਓਗੇ ਪੰਜਾਬ ਚੋਂ ਨਾਟ ਫਰਮ ਕੈਨੇਡਾ ਫਰਮ ਪੰਜਾਬ ਨਿਮਰਤ ਫਾਈਵ ਨਿਮਰਤ ਗੈਰੀ ਜੈਜ਼ੀ ਅਬਰਾਡ ਉਸ ਮੈਂ ਕੋਈ ਲੈ ਸਕਦੇ ਪੰਜਾਬ ਭਾਜੀ ਇੱਥੇ ਦਿੰਦੇ ਜੈਜ਼ੀ ਭਾਜੀ ਗੈਰੀ ਨਿਮਰਤ ਜੀ ਮਨਕੀਰਤ ਭਾਜੀ ਮਨਕੀਰਤ ਚਾਰ ਮਿਸਟਰ ਬਾਵਾ ਰਣਜੀਤ ਬਾਵਾ ਓਕੇ ਗੁੱਡ ਸਪੋਜ਼ ਤੁਸੀਂ ਇੱਕ ਘਰ ਦੇ ਵਿੱਚ ਰਹਿਣਾ ਕਿਸੇ ਤਿੰਨ ਸਿੰਗਰਸ ਦੇ ਨਾਲ ਤੁਸੀਂ ਰਹਿਣਾ ਕਿਹੜੇ ਤਿੰਨ ਸਿੰਗਰਸ ਨਾਲ ਰਹਿ ਸਕਦੇ ਹੋ I don't know man ਜਿਹੜੇ ਥੋੜੇ ਠੀਕ ਲੱਗਦੇ ਚੱਕ ਲੋ ਕਿ ਯਾਰ ਇਹ ਚੰਗਾ ਪੋਜ਼ਿਟਿਵ ਹੈ ਬਹੁਤ ਜ਼ਿਆਦਾ ਪੋਜ਼ਿਟਿਵ ਹੈ ਪੋਜ਼ਿਟਿਵ ਨੇਮ ਵਨ ਮੋਸਟ ਪੋਜ਼ਿਟਿਵ ਸਿੰਗਰ ਯੂ ਹੈਵ ਐਵਰ ਮੈਟ ਫਰਮ ਪੰਜਾਬੀ ਇੰਡਸਟਰੀ ਪੋਜ਼ਿਟਿਵ ਇਸ I don't know, they're all positive, man. All positive? Yeah, they're all positive. Koi dada banda nahi lagega ki ye dusri vibes hoti hain. Sare good hain. Sare badhiya hain, yeah. What is success according to you? Success according to me is persistence. Persistence. Persistence meaning keep working. God? God, faith, okay. Family. Beauty. Love. Okay, music? Music is... everything singing passion fans I love them bijay randhawa yeah okay acha ek gana jehda thonu bahut apna pasand hai kise hor da gaya hoya thonu bahut pasand hai tusi bahut gaunde ho love hi de gana jaade ko koi ek suna do ਅੱਖੀਆਂ ਤੋਂ ਹੀ ਚੰਨਾ ਤੇਰੀਆਂ ਤੇਰੀ ਝਾਕਣੀ ਚ ਪੈ ਗਿਆ ਫਰਕ ਨਹੀਂ ਹਾਏ
ਦੈਟਸ ਗੁੱਡ ਔਰ ਤੁਹਾਨੂੰ ਬਹੁਤ ਸਾਰੇ ਨਵੇਂ ਸਿੰਗਰਸ ਮੈਸੇਜ ਕਰਦੇ ਹੋਣੇ ਸਾਡੇ ਨਾਲ ਗਾਣਾ ਕਰਨਾ ਕੀ ਚੂ ਕੀ ਦੇਖ ਕੇ ਤੁਸੀਂ ਕਿਸੇ ਨਾਲ ਗਾਣਾ ਕਰਦੇ ਹੋ ਜਾਂ ਕੀ ਤੁਹਾਡੀਆਂ ਉਹ ਹੁੰਦੀਆਂ ਕਿ ਆ ਇਦਾਂ ਦਾ ਹੋਊਗਾ ਤਾਂ ਕਰਨਾ ਸਟੂਡੀਓ ਵਿੱਚ ਵਾਈਬ੍ਰੇਸ਼ਨ ਹੁੰਦੀ ਹੈ ਜੇ ਪੋਜ਼ਿਟਿਵ ਵਾਈਬਸ ਆ ਤਾਂ ਫਿਰ ਆਪ ਗਾਣਾ ਆਪੇ ਬਣ ਜਾਂਦਾ ਕਈ ਵਾਰ ਜੇ ਵਾਈਬਸ ਨਾ ਹੋਵੇ ਗਾਣਾ ਨਹੀਂ ਬਣਦਾ ਅੱਛਾ ਜੇ ਉਹ ਆ ਗਿਆ ਤਾਂ ਫਿਰ ਤੁਸੀਂ ਕਰ ਦਿੰਦੇ ਹੋ ਕਿਸੇ ਦੀ ਅੱਛਾ ਇੱਕ ਹੋਰ ਚੀਜ਼ ਸੀ ਕਿ ਤੁਸੀਂ ਥੋੜੇ ਟਾਈਮ ਪਹਿਲਾਂ ਤੁਸੀਂ ਇਹ ਕੀਤਾ ਸੀ ਕਿ ਤੁਸੀਂ ਫ੍ਰੀ 뮤직 ਪ੍ਰੋਡਿਊਸ ਕਰੋਗੇ ਜੇ ਕੋਈ ਬੰਦਾ ਬਹੁਤ ਸੋਹਣਾ ਗਾਉਂਦਾ ਹਾਂ ਉਹ ਕਿ ਤੁਸੀਂ ਕਿਹਾ ਸੀ ਹੈਲਪ ਕਰਾਂਗੇ ਹਾਂ ਮਤਲਬ ਜੇ ਉਹ ਪੰਜਾਬ ਦੇ ਵਿੱਚੋਂ ਕੋਈ ਬਹੁਤ ਘੈਂਟ ਗਾਉਂਦਾ ਤਾਂ ਵੀਰੇ ਨੂੰ ਮਤਲਬ ਬਹੁਤ ਘੈਂਟ ਹੋਣਾ ਚਾਹੀਦਾ ਬਹੁਤ ਮਿਹਨਤ ਕਰਕੇ ਜਿਹੜਾ ਉੱਪਰ ਨਹੀਂ ਆ ਪਾ ਜਿੰਨਾ ਕੋਲ ਵੀ ਹੈ ਨਹੀਂ ਕੋਈ ਫਾਊਂਡੇਸ਼ਨ ਨਹੀਂ ਹੈਗਾ ਕੋਈ ਹੈਲਪ ਨਹੀਂ ਹੈਗੀ ਕਰੋ ਜਾਂ ਕੁਝ ਉਹ ਵੀਰਾ ਤੁਸੀਂ ਕਰਦੇ ਹੋ ਹਨਾ ਇੱਕ ਇਸ ਕਰਕੇ ਕਰਦੇ ਨੇ ਕਿਉਂਕਿ ਤੁਸੀਂ ਬਹੁਤ ਹਾਰਡ ਵਰਕ ਕੀਤਾ ਤੁਸੀਂ ਬਹੁਤ ਸਟਰਗਲ ਕੀਤੀ ਤੁਸੀਂ ਤਾਂ ਅਚੀਵ ਕਰਕੇ ਹਨਾ ਅੱਜ ਤੁਸੀਂ ਇੱਥੇ ਸਾਡੇ ਉੱਥੇ ਕੈਨੇਡਾ ਦੇ ਵਿੱਚ ਕੋਈ ਫਾਊਂਡੇਸ਼ਨ ਨਹੀਂਗਾ ਜਿਵੇਂ ਹੁਣ ਇੱਥੇ ਇੰਡਸਟਰੀ ਹੈ ਉੱਥੇ ਕੋਈ ਨਾ ਟੀਵੀ ਚੈਨਲ ਹੈ ਨਾ ਕੋਈ ਪ੍ਰਮੋਟ ਕਰਦਾ ਟੀਵੀ ਗਾਣਿਆਂ ਦੇ ਸਾਨੂੰ ਉੱਥੇ ਬਹੁਤ ਟਾਈਮ ਲੱਗਿਆ ਹੁਣ ਮਾੜਾ ਮੋਟਾ ਸੈੱਟ ਹੋਣ ਲੱਗਿਆ ਉੱਥੇ ਮੈਂ 3-4 ਸਾਲ ਪਹਿਲਾਂ ਦੀ ਐਲਬਮਾਂ ਕੱਢੀਆਂ ਫਿਰ ਮੈਂ ਇੰਗਲੈਂਡ ਮੂਵ ਹੋ ਗਿਆ ਇੰਗਲੈਂਡ ਤੋਂ ਉੱਥੇ ਗਾਣੇ ਬਣਾਏ ਗਏ ਲੋਕਾਂ ਵਾਸਤੇ ਤੇ ਫਿਰ ਵਾਪਸ ਆ ਗਿਆ ਤੇ ਹੁਣ ਇੰਨੇ ਚਿਰ ਬਾਅਦ ਸੈੱਟ ਹੋਇਆ ਮਤਲਬ ਫਿਰ ਵੀ ਤੁਹਾਨੂੰ ਸਾਰਾ ਮਿਲ ਗਿਆ ਉਹ ਸਟਰਗਲ ਪੀਰੀਅਡ ਮੈਨੂੰ ਯਾਦ ਆ ਮੈਂ ਉੱਥੇ ਸਾਈਕਲ ਤੇ ਜਾਂਦਾ ਸੀ ਕੰਮ ਤੇ ਫਿਰ ਘਰੇ ਆ ਕੇ ਗਾਣੇ ਬਣਾਉਣੇ ਆ ਉਹ ਮੈਂ ਵੀ ਜਿੰਨਾ ਮੈਂ ਇਨਫਲੂਐਂਸ ਕਰ ਸਕਦਾ ਨਵੀਂ ਜਨਰੇਸ਼ਨ ਉੱਥੇ ਕੈਨੇਡਾ ਦੇ ਵਿੱਚ ਸਪੈਸ਼ਲੀ ਜਿੱਥੇ ਮੇਰੇ ਨਾ ਵੀ ਜਿਹੜੇ ਨਵੇਂ ਉੱਥੇ ਦੇ ਬੋਰਨ ਆ ਵੀ ਜੇ ਤੁਹਾਨੂੰ ਹੈਲਪ ਦੀ ਲੋੜ ਆ ਸੀ ਉੱਥੇ ਖੜੇ ਆ ਤੁਹਾਡੇ ਨਾਲ ਤੇ ਇਹ ਕੈਂਟ ਕਰ ਲਾ ਵੀ ਜਿਹੜੀ ਨਵੀਂ ਜਨਰੇਸ਼ਨ ਜਿਹੜੀ ਬਾਹਰਲੀ ਬੋਰਨ ਆ ਵੀ ਉਹਨਾਂ ਨੂੰ ਇੰਨੀ ਸਟਰਗਲ ਨਾ ਹੋਵੇ ਜਿੰਨੀ ਸਾਨੂੰ ਹੋਈ ਜਿੰਨੀ ਹੋਈ ਕੋਈ ਇੱਕ ਸਿੰਗਰ ਜਿੰਨਾ ਤੁਸੀਂ ਹਜੇ ਗਾਣਾ ਕਰਨਾ ਚਾਹੁੰਦੇ ਹੋ ਤੁਹਾਡਾ ਗਾਣਾ ਨਹੀਂ ਹੋਇਆ ਉਹਨਾਂ ਦੇ ਨਾਲ ਪੰਜਾਬੀ ਆ ਵਾਂਟ ਟੂ ਵਰਕ ਵਿਦ ਕੁਲਦੀਪ ਮਾਨਕ ਜੀ ਆ ਵਾਂਟ ਟੂ ਵਰਕ ਵਿਦ ਹਿਮ ਬਟ ਹੀ ਇਜ਼ ਹੀ ਅ ਲੈਜੈਂਡ ਯੂ ਨੋ maybe Durga Rangila Durga Rangila sahab okay Durga Rangila bhaji je tusi sadi interview dekh rahe ho ta tusi please veera na contact karo veera thode na kaam karna chahunda and je thoda eh pura ho gaya te I will there you be in the video yeah all right thank you so much for coming to session the bag wish you luck ki thoda eh gana to super duper hit jana jehde upcoming projects ne jeche tusi gauna vi hai jeche tusi music dena and specially jehde ek oh sunya main gana bijrinda bana reha thoda oh vi gana chal jana sare jinne vi gane aa rahe sare gane thode chalan thank you so much brother thank you so much I just want to say the thank you saran da na pyar dene layi and ਜੋ ਬੰਦਾ ਮਿਹਨਤ ਕਰਦਾ ਲੈ ਕੇ ਸਰ ਬਿਫੋਰ ਦਾ ਟਾਈਮ ਆਉਂਦਾ ਹੀ ਆਉਂਦਾ ਜੋ ਮਰਜ਼ੀ ਹੋਵੇ ਨਾ ਸਹੀ ਆ ਗਿਆ ਨਹੀਂ ਉਹੀ ਬਿੱਲੋ ਟਾਈਮ ਦੈਟਸ ਸੋ ਗੁੱਡ ਐਂਡ ਕੀਪ ਇੰਜੋਇੰਗ ਟੱਚ ਐਂਡ ਦਾ ਬੈਂਕ ਸੋ ਅੱਜ ਦਾ ਐਪੀਸੋਡ ਸਾਡਾ ਇੱਥੇ ਮੁੱਕਦਾ ਹੈ ਤੇ ਮੈਂ ਮਿਲੂਗਾ ਤੁਹਾਨੂੰ ਅਗਲੇ ਸ਼ਨੀਵਾਰ ਪੂਰੇ 7 ਵਜੇ ਟਿਲ ਦੈਨ ਟਾਟਾ ਬਾਏ ਬਾਏ ਟਾਟਾ